ਬਾਜ਼ਾਰ ਉਸ ਮੈਂ ਫੋਨ ਆਇਆ ਮੰਗਲੇ ਬੈਕਰੀ ਦਾ ਵੀ ਮਾਸਾ ਜਿਹੜਾ ਸਮਾਨ ਤੂੰ ਸਾਖਿਆ ਮੈਂ ਕਿਹਾ ਦੋ ਤਿੰਨ ਲੱਖ ਦੀ ਮੈਡਮ ਦਾ ਪਿਆ ਚੋਰੀ ਹਰੂਨ ਦੀ ਖੂਬੀ ਬੜੀ ਜ਼ਬਰਦਸਤ ਆ। ਚੋਰੀ ਮੌਕੇ ਮਹਾਲ ਦੇ ਹਿਸਾਬ ਨਾਲ ਜੁਗਤ ਤੇ ਸ਼ੇਰ। ਇਹ ਚੋਰੀ ਸਾਹਿਬ ਨੂੰ ਇੰਜ ਆ ਜਿਵੇਂ ਕਿ ਨਾ ਉਤਰਦਾ ਉੱਤੋਂ, ਮੈਂ ਇਹਨੂੰ ਕਹਿੰਦਾ ਹੁੰਦਾ ਕਿ ਚੋਰੀ ਤੈਨੂੰ ਉਤਰਦਾ, ਤੇ ਲਿਹਾਜ਼ਾ ਹੀ ਤੁਹਾਨੂੰ ਚੋਰੀ ਸਾਹਿਬ ਦੇ ਦੀਦਾਰ ਕਰਾਉਂਦੇ ਹਾਂ, ਚੋਰੀ ਕੋਲੋਂ ਕੋਈ ਸ਼ੇਰ ਵੀ ਸੁਣਾਂਗੇ। ਤੇ ਕਰੋ ਹੁਣ ਚੋਰੀ ਦੀ ਸੁਣ ਸੁਣੋ। ਹਾਂਜੀ ਚੋਰੀ ਸਾਹਿਬ, ਚੋਰੀ ਹਰੂਨ ਸੁਣਾ। ਚੋਰੀ ਲਾਈਵ ਜਾ ਰਿਹਾ ਤੂੰ, ਤੇ ਦੋ ਆਪਣੇ ਭਾਈ ਦੇਖ ਵੀ ਰਹੇ ਆ ਇਸ ਟਾਈਮ ਵਿਊਰਸ। ਤੇ ਹੋਰ ਚੋਰ ਸਾਹਿਬ ਦੁਕਾਨਦਾਰੀ ਕੈਸੀ ਹੈ? ਵੀਡੀਓ ਮੁੱਛਾਂ ਨੂੰ ਚੋਰੀ ਵੱਟ ਚਾੜ ਦੂ ਜਰਾ ਸਵਾਰ ਕੇ ਚਾੜ। ਅਦਨਾਨ ਤਾਰਕ ਸਾਹਿਬ, ਅਬਦੁਲ ਹਾਦੀ ਭਈਆ ਸਾਹਿਬ ਦੇਖ ਰਹੇ ਆ ਜੀ, ਸ਼ੁਕਰੀਆ। ਚੋਰ ਸਾਹਿਬ ਦੁਕਾਨਦਾਰੀ ਕੈਸੀ ਚੱਲ ਰਹੀ ਆ? ਚੋਰੀ ਸਾਹਿਬ ਸਰਦੀਆਂ ਚ ਕੂਲਰ ਲੈ ਕੇ ਬੈਠੇ ਆ। ਆ ਦੇਖੋ ਅਬੂ ਬਕਰ, ਆ ਦੇਖ ਲਾ ਚੋਰੀ ਹਰੂਨ ਕੂਲਰ ਸਰਦੀਆਂ ਚ ਹੀ ਲਾ ਕੇ ਬੈਠਾ। ਚੋਰੀ ਅਬੂ ਬਕਰ ਸਾਹਿਬ ਕਹਿੰਦੇ ਆ ਜੀ ਭਰਾਵਾਂ ਨੂੰ ਸਲਾਮ। ਅਬੂ ਬਕਰ ਸਾਹਿਬ ਉਹ ਆਪਣੇ, ਹਾਂਜੀ ਹਾਂਜੀ ਹਾਂਜੀ, ਮੁੱਛਾਂ ਵਾਲਾ ਅਬੂ ਬਕਰ, ਉਹ ਤੂੰ ਵੱਟ ਦਿੱਤਾ ਨਾ, ਤੇ ਉਹਨੇ ਵੀ ਵੱਟ ਬਾਈ ਉਵੇਂ ਬਰਾਬਰ ਦਿੱਤਾ ਹੋਇਆ ਤਸਵੀਰ 'ਚ। ਮਹਿਬੂਬ ਇਲਾਹੀ ਨੂਰ ਸਾਹਿਬ ਦੇਖ ਰਹੇ ਆ ਜੀ, ਆਬਦ ਅਲੀ ਸਾਹਿਬ, ਅਬੂ ਬਕਰ ਸਾਹਿਬ, ਤੇ ਹੋਰ ਚੋਰ ਸਾਹਿਬ। ਯਾਰ ਚੋਰ ਸਾਹਿਬ ਨੇ ਮਾਸ਼ਾਅੱਲਾ ਸਿਲੰਡਰ ਗੈਸ ਚੁੱਲ੍ਹੇ ਆ ਹੈਲਮਟ ਵੇਚਣ ਨੂੰ ਨਹੀਂ ਹੈ ਵੈਸੇ ਰੱਖੇ ਹੋਏ ਆ ਚਲਾਨ ਤੋਂ ਬਚਣ ਲਈ। ਇਹ ਇੱਧਰਲੇ ਪਾਸੇ ਚੁੱਲ੍ਹੇ ਆ ਦੇਖੋ, ਹੈ ਇਹ ਚੋਰੀ ਸਾਹਿਬ ਕੋਲੋਂ ਖਰੀਦ ਵੀ ਲਿਆ ਕਰੋ ਯਾਰ। ਚੋਰੀ ਪਿੰਡ ਦੇ ਕਿੰਨੇ ਕੁ ਦੁਕਾਨਦਾਰ ਆਉਂਦੇ ਆ, ਗਾਹਕ ਆਉਂਦੇ ਆ? ਆਉਂਦੇ ਆ ਸਾਰੇ, ਠੀਕ ਆ। ਤੇ ਹੋਰ ਚੋਰੀ ਸੁਣਾ ਫਿਰ, ਸ਼ੇਰੋ ਸ਼ਾਇਰੀ ਦੀ ਸੁਣਾ ਚੋਰੀ। ਬੁੜੇ ਤਾਂ ਹੋ ਗਏ ਯਾਰ, ਦਿਲ ਨਹੀਂ ਮੰਨਦਾ, ਦਿਲ ਨਹੀਂ ਮੰਨਦਾ ਹੈ, ਹੋ ਬੁੜੇ ਗਏ। ਮਾਨਾ ਜੀ ਦੇਖਣ ਡਏ ਆ ਜੀ, ਮਾਨਾ ਜੀ ਇਮਰਾਨ ਖਾਲਿਦ ਸਾਹਿਬ ਸਾਡੇ ਕਲਾਸ ਫੈਲੋ। ਮਾਨਾ ਯਾਰ ਗ੍ਰੇਟ ਆਦਮੀ ਆ, ਮਾਨਾ ਮਾਨੇ ਨੇ ਉਦਣ ਨਾ ਮੈਨੂੰ ਚੋਰੀ ਇਮਰਾਨ, ਚੋਰੀ ਹਰੂਨ ਕਹਿੰਦਾ ਕਿ ਆਪਣੇ ਖੂਨ ਵਾਲੀ ਗੱਲ ਯਾਦ ਆ ਤੈਨੂੰ, ਉਹ ਬਾਈ ਲਿਖ ਕੇ ਦੱਸਦੀ ਮੈਨੂੰ ਵੀ ਤੈਨੂੰ ਯਾਦ ਆ ਕਿ ਨਹੀਂ। ਚੋਰੀ ਸਲੀਮ ਸਾਹਿਬ ਤੁਹਾਡੇ ਮਹੱਲੇਦਾਰ ਜੀ, ਸਲੀਮ ਠਠਿਆਲਾ ਸਾਹਿਬ, ਉਹ ਦੇਖ ਰਹੇ ਆ ਜੀ। ਚੋਰੀ ਇਮਰਾਨ ਮਾਸ਼ਾਅੱਲਾ ਕਹਿੰਦੇ ਆ ਜੀ, ਅਫਜ਼ਾਲ ਭਾਈ ਜੀ ਸ਼ੁਕਰੀਆ ਸਰ। ਅੱਛਾ ਅਬੂ ਬਕਰ ਸਾਹਿਬ ਕਹਿੰਦੇ ਆ ਜੀ, ਗਰਮ ਸੁਬਾ ਜੀ ਹਰੂਨ ਤਾਹਰ ਭਾਈ ਦਾ, ਇਸ ਲਈ ਏਅਰ ਕੂਲਰ ਲਾਇਆ ਹੋਇਆ। ਅੱਛਾ ਠੀਕ ਆ, ਸੁਬਾ ਗਰਮ ਆ, ਉਹਨੇ ਕਿਹਾ ਇਸ ਵਾਸਤੇ ਭਾਈ ਨੇ ਕੂਲਰ ਲਾਇਆ। ਠੀਕ ਆ ਜਨਾਬ, ਚੋਰੀ ਹਰੂਨ ਨੂੰ ਤੁਸੀਂ ਕਰਨਾ। ਆਸਮ ਚੋਰੀ ਸਾਹਿਬ ਦੇਖਣ ਡਏ ਆ ਜੀ, ਸਲੀਮ ਸਾਹਿਬ ਸਲਾਮ ਕਹਿ ਰਹੇ ਆ ਜੀ, ਹਾਲ ਚਾਲ ਪੁੱਛ ਰਹੇ ਆ ਜੀ। ਸਲੀਮ ਸਾਹਿਬ ਸਲਾਮ ਕਹਿ ਰਹੇ ਆ, ਸਲੀਮ ਸਾਹਿਬ ਤੁਹਾਡੇ ਮਹੱਲੇਦਾਰ ਸਲੀਮ ਠਠਿਆਲ ਸਰ, ਸਲੀਮ ਸਾਹਿਬ। ਚੋਰੀ ਨਜੀਬੁੱਲਾ ਮੰਡਾਹਰ ਸਾਹਿਬ ਦੇਖ ਰਹੇ ਆ ਜੀ ਆਪਣੇ ਦੁਬਈ ਤੋਂ। ਚੋਰੀ ਸਾਹਿਬ ਨੇ ਸਲਾਮ ਕਿਹਾ ਜੀ, ਸਲਾਮ ਟੂ ਹਰੂਨ ਸਾਹਿਬ, ਚੋਰੀ ਹਰੂਨ ਸਾਹਿਬ। ਤੇ ਨਹੀਂ ਚੋਰੀ ਸਾਹਿਬ ਬੜੇ ਅੱਛੀ ਸ਼ਖਸੀਅਤ ਆ ਯਾਰ, ਚੋਰੀ ਸਾਹਿਬ ਨਾਲ ਆਪਣਾ ਤਾਰਾ ਵੀ ਬੜਾ ਲੇਟ ਹੋਇਆ, ਸਾਡਾ ਕਲਾਸ ਫੈਲੋ ਸੀ ਕਲੀਮੁੱਲਾ। ਚੋਰੀ ਸਾਹਿਬ ਬੜੀ ਜ਼ਬਰਦਸਤ ਪਰਸਨੈਲਿਟੀ ਆ, ਬੜੀ ਨਾਈਸ। ਚੌਧਰੀ ਸ਼ਾਕੀਬ, ਚੋਰੀ ਸ਼ਕੀਬ ਸਾਹਿਬ ਦੇਖ ਰਹੇ ਹਾਂ ਜੀ, ਸ਼ੁਕਰੀਆ। ਚੋਰੀ ਨਜੀਬ ਸਾਹਿਬ ਕਹਿੰਦੇ ਆ ਜੀ, ਅੱਲਾਹ ਤਾਲਾ ਕੰਮ 'ਚ ਬਰਕਤ ਪਾਏ ਜੀ ਤੁਹਾਡੇ 'ਚ। ਅਤੇ ਮਾਨਾ ਜੀ ਨੇ ਦੰਦ ਕੱਢੇ ਆ ਜੀ ਖੂਨ ਵਾਲੀ ਗੱਲ ਤੋਂ, ਹਾਹਾ ਹਾਹਾ ਕੀਤੀ ਆ, ਇਹ ਹੁਣ ਪਤਾ ਨਹੀਂ ਕਿਆ ਗੱਲ ਆ। ਚੋਰੀ ਉਹ ਗੱਲ ਔਨ ਏਅਰ ਨਹੀਂ ਹੋ ਸਕਦੀ, ਠੀਕ ਹੋ ਗਿਆ ਠੀਕ ਹੋ ਗਿਆ। ਇਹ ਚੋਰੀ ਸਾਹਿਬ ਗੱਲ ਇਹ ਆ ਕਿ ਇਹ ਠੀਕ ਠੂਕ ਕਰਾਉਣ ਵਾਲੇ ਚੁੱਲ੍ਹੇ ਖਰੀਦਣ ਵਾਲੇ, ਮੈਂ ਕਹਿੰਦਾ ਬਹੁਤੇ ਠੀਕ ਕਰਾਉਣ ਵਾਲੇ ਹੀ ਆਉਂਦੇ ਆ, ਮੈਂ ਤਾਂ ਜਿੱਦਾਂ ਬੈਠਾ ਆਹੀ ਤੁਸੀਂ ਨਟ ਬੋਲਟ ਸਿੱਧੇ ਪੱਧਰੇ ਕਰਦੇ ਆ। ਅੱਲਾ ਪਾਕ ਬਰਕਤ ਪਾਏ ਵੀਰਾ ਜੀ। ਅੱਛਾ ਤੇ ਚੋਰੀ ਸਾਹਿਬ ਗੱਲ ਆ ਕਿ ਇਹ ਸੀਜ਼ਨਲ ਕੰਮ ਆ ਹਨਾ, ਸਰਦੀਆਂ ਜ਼ਿਆਦਾ ਹੁੰਦਾ ਇਵੇਂ ਹੀ ਆ ਨਾ? ਕੋਈ ਨਹੀਂ ਭਰਾਵਾ, ਅੱਲਾ ਮੀਆਂ ਰੋਜ਼ੀ ਸਾਰਾ ਸਾਲ ਹੀ ਦਿੰਦਾ। ਅੱਛਾ ਇੱਥੇ ਹੀ ਖਾਂਦੇ ਆ ਅਸੀਂ, ਕਿਹੜਾ ਉੱਥੇ ਹੋਰ ਫੈਕਟਰੀ ਲਾਈ। ਹਾਂ ਸਹੀ 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 ਸਹੀ।
ਆਹੋ ਨਹੀਂ ਠੀਕ ਆ ਬਾਈ, ਤਜਾਰਤ 'ਚ ਵੀ ਅੱਲਾ ਨੇ ਬਰਕਤ ਰੱਖੀ ਹੁੰਦੀ ਆ ਬਾਈ, ਮਿਹਨਤ ਫਿਰ ਹਲਾਲ ਰਿਜ਼ਕ, ਇਹ ਤਿੰਨ ਚਾਰ ਸ਼ਰਤਾਂ ਅੱਲਾ ਪਰ ਰਿਜ਼ਕ ਤਾਂ ਦਿੰਦਾ ਹੀ ਆ ਸਾਰਿਆਂ ਨੂੰ। ਲਿਖਿਆ ਤਾਂ ਸੀ ਕਿ ਅਗਲੇ ਦਿਨ ਕਿ ਹੁ ਅਨਾ ਮਸਤ ਹੀ ਦਸਤ ਬਹੁਤ ਹੈ ਮੋਸਰ। ਆਹ ਹਾ ਹਾ ਹਾ, ਇਹ ਔਰ ਬਾਤ ਕੀ ਆਦਤ ਹੈ ਅਮੀਰੋ ਜੀ। ਆਹ ਹਾ ਹਾ, ਚਲੋ ਸਭ ਮੈਂ ਨਾ ਤੁਹਾਡੇ ਸਾਹਮਣੇ ਆਉਂਦਾ, ਤੁਹਾਡੀ ਸ਼ੇਰੋ ਸ਼ਾਇਰੀ ਦੇਣਾ ਜਿਹੜਾ ਮਜ਼ਾ ਘੱਟ ਆ ਰਿਹਾ। ਸਲੀਮ ਸਾਹਿਬ ਕਹਿੰਦੇ ਆ ਜੀ ਕੈਸਾ ਮੌਸਮ ਆ, ਲੱਗਦਾ ਹੈ ਕਾਫੀ ਸਰਦੀ ਆ। ਜੀ ਸਲੀਮ ਸਾਹਿਬ, ਸਰਦੀ ਬੜੀ ਆ ਸਰ, ਪਰ ਹੁਣ ਤਾਂ ਧੁੱਪ ਖੈਰ ਨਿਕਲੀ ਹੋਈ ਆ, ਆ ਜੈਕਟ ਜੂਕਟ ਤਾਂ ਫਿਰ ਪਿੰਡੋਂ ਆਏ ਨਾ ਚੋਰੀ ਸਾਹਿਬ ਤਾਂ ਪਾਈ ਹੋਈ ਆ, ਮੋਟਰਸਾਈਕਲ ਤੇ ਆਏ ਆ। ਚੋਰੀ ਸਾਹਿਬ ਨੇ ਅੱਜ ਸਵੇਰੇ ਸਵੇਰੇ ਇੱਕ ਬੂਹਾ ਸੁਣਾਇਆ ਆਉਂਦੇ ਨੂੰ, ਕਹਿੰਦੇ ਅੱਜ ਮੈਂ ਅਹਿਦ ਕੀਤਾ ਕਿ ਮੈਂ ਅੱਜ ਮੰਡੀ ਜਾਣਾ ਪੈਦਲ ਤੇ ਕਿਸੇ ਨੂੰ ਮੈਂ ਲਿਫਟ ਨਹੀਂ ਮੰਗਣੀ, ਮੁੜ ਕੇ ਨਹੀਂ ਦੇਖਣਾ ਕਿਸੇ ਨੂੰ ਜਾਂ ਹੱਥ ਨਹੀਂ ਦੇਣਾ ਕਿਸੇ ਨੂੰ। ਸ਼ਬੀਰ ਅਹਿਮਦ ਸਾਹਿਬ ਦੇਖ ਰਹੇ ਆ ਜੀ, ਸ਼ੁਕਰੀਆ ਸਰ। ਅਤੇ ਉਹ ਕਹਿੰਦੇ ਕਿ ਮੈਂ ਚੱਲ ਪਿਆ ਪਿੰਡੋਂ, ਜਦੋਂ ਐਸਤਾ ਐਸਤਾ ਚੱਲਦਾ ਆਪਣੀਆਂ ਕਬਰਾਂ ਦੇ ਬਰਾਬਰ ਆਇਆ ਨਾ ਤਾਂ ਇੱਕ ਸਾਹਿਬ ਆਏ ਪਿੱਛੋਂ, ਉਹਨਾਂ ਨੇ ਖੈਰ ਦੇਖ ਕੇ ਨਾ ਪਹਿਚਾਣਿਆ, ਕਹਿੰਦੇ ਹਾਂ ਵੀ ਕਿੱਥੇ। ਅਰੁਣ ਕਹਿੰਦਾ ਮੈਂ ਕਿਹਾ ਮੰਡੀ ਜਾ ਰਿਹਾ, ਉਹ ਕਹਿੰਦੇ ਮੈਂ 7 ਤੱਕ ਜਾ ਰਿਹਾ, ਫਿਰ ਆ ਜਾ ਮੇਰੇ ਨਾਲ, ਬਹਿ ਗਏ। ਖੈਰ ਉਹ 7 'ਚ ਆ ਕੇ ਕਹਿੰਦੇ ਕਿ ਮੈਂ ਤੈਨੂੰ ਨਾ ਦੁਕਾਨ 'ਤੇ ਛੱਡ ਆਉਂਦਾ, ਇਹਨਾਂ ਨੇ ਕਿਹਾ ਨਹੀਂ 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 ਤੁਸੀਂ ਬਸ 7 ਤੱਕ ਆਪਣਾ ਕੰਮ ਕਰੋ, ਮੈਂ ਅੱਗੋਂ ਆਪੇ ਕੋਈ ਨਾ ਕੋਈ ਮਿਲ ਜਾਏਗਾ। ਫਿਰ ਪੈਦਲ ਚੱਲ ਪਏ ਉੱਥਲੇ ਥੋੜ੍ਹਾ ਜਿਹਾ ਚੌਂਕ 'ਚ ਹੀ ਆਏ ਹਾਂ ਅੱਗੇ, ਕਹਿੰਦੇ ਥੋੜ੍ਹਾ ਜਿਹਾ, ਅਤੇ ਫਿਰ 507 ਦੇ ਭਾਈ ਉਹਨਾਂ ਨੇ ਪਹਿਚਾਣ ਲਿਆ, ਉਹ ਰੁਕ ਗਏ, ਬੰਗਲੇ ਦੁਕਾਨ ਆ ਉਹਨਾਂ ਦੀ। ਉਹਨਾਂ ਨੇ ਫਿਰ ਚੋਰੀ ਸਾਹਿਬ ਨੂੰ ਲਿਫਟ ਦਿੱਤੀ। ਆਮੀਨ ਜੀ। ਚੋਰੀ ਸਲੀਮ ਸਾਹਿਬ ਕਹਿ ਰਹੇ ਹਾਂ ਜੀ ਕਿ ਅੱਲਾਹ ਤਾਲਾ ਸਾਰਿਆਂ ਦੇ ਰਿਜ਼ਕ 'ਚ ਬਰਕਤ ਪਾਵੇ ਜੀ। ਅਤੇ ਜ਼ਾਹਦ ਚੋਰੀ ਸਾਹਿਬ ਦੇਖ ਰਹੇ ਹਾਂ ਜੀ, ਸ਼ੁਕਰੀਆ ਸਰ। ਚੋਰ ਸਾਹਿਬ ਕੁਛ ਸ਼ੇਅਰ ਆਉਣ ਦਿਓ ਕੋਈ। ਮੈਂ ਤੈਨੂੰ ਸੁਣਾਉਣ ਲੱਗਾ ਸੀ, ਫਿਰ ਆਪਣੀ ਗੱਲ ਹੋ ਗਈ ਉਹੀ ਚਿੱਟੇ ਵਾਲਾਂ ਤੋਂ ਕਿ ਮੋਹਸਨ ਹਮਾਰੇ ਸਾਥ ਬੜਾ ਹਾਦਸਾ ਹੁਆ, ਹਮ ਰਹਿ ਗਏ, ਹਮਾਰਾ ਜ਼ਮਾਨਾ ਚਲਾ ਗਿਆ। ਹਾਏ 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 ਹਾਏ, ਪਰ ਅਸੀਂ ਮੰਨਦੇ ਨਹੀਂ, ਸਾਡਾ ਲੜਕਪਨ ਨਹੀਂ ਜਾਂਦਾ, ਲੜਕਪਨ ਨਹੀਂ ਜਾਂਦਾ। ਹੁਣ ਬੱਗੀ ਤਾਂ ਉਹਦੀ ਅਫਜ਼ਾਲ ਦੀ ਦਾੜੀ ਹੋਈ ਹੈ, ਹਾਂ, ਤੇ ਅਸੀਂ ਜਿਹੜਾ ਲਗੋਏ ਹੋਏ ਹੈ ਬਾਈ, ਚਿੱਟੇ ਵੀ ਇਹ ਇੰਜ ਦੇ ਹੋਏ ਹੋਏ ਆ, ਦੇਖ ਲਓ। ਹਾਂ, ਤੇ ਅਸੀਂ ਜਰਾ ਰੰਗ ਰੁੰਗ ਲਾ ਕੇ ਦੇਖ ਲਓ। ਖਾਲਦ ਹੁਸੈਨ ਚੌਰੀ ਸਾਹਿਬ ਦੇਖ ਰਹੇ ਹਾਂ ਜੀ, ਸ਼ੁਕਰੀਆ ਸਰ। ਅਬਦੁਲ ਅਜ਼ੀਜ਼ ਸਾਹਿਬ ਦੇਖ ਰਹੇ ਹਾਂ, ਸ਼ੁਕਰੀਆ ਸਰ। ਸ਼ਬੀਰ ਅਹਿਮਦ ਸਾਹਿਬ ਕਹਿੰਦੇ ਆ ਜੀ ਇਤਨੀ ਸਰਦੀ ਵੀ ਨਹੀਂ ਤੇ ਜੈਕਟ ਲਾ ਦੇਵੋ। ਆ ਲਓ ਜਨਾਬ, ਤੁਹਾਡੀ ਮੰਨ ਲਈ ਸਰ, ਬਟਨ ਖੋਲ ਲੈਂਦੇ ਆ ਕਿ ਜਰਾ ਸੀਟ ਹੀ ਬੈਠੇ। ਉਹ ਸਰ ਛੌਂ ਦੇ ਵਿੱਚ ਤਾਂ ਕੋਈ ਠਰਕ ਹੁੰਦੀ ਹੋਈ ਆ, ਮੁਨੱਵਰ ਦੇ ਭਾਈ ਆਰਫ ਮਹਿਮੂਦ ਸਾਹਿਬ, ਤੁਹਾਡੇ ਕਲਾਸ ਫੈਲੋ ਜੀ, ਉਹ ਮਾਸ਼ਾਅੱਲਾ ਕਹਿ ਰਹੇ ਆ, ਆਰਫ ਮਹਿਮੂਦ ਸਾਹਿਬ, ਪੋਲਟਰੀ ਫਾਰਮ ਵਾਲੇ। ਅਤੇ ਚੋਰੀ ਸਾਹਿਬ ਕਹਿੰਦੇ ਜੀ ਐਲ ਸੀ ਡੀ ਵੀ ਦਿਖਾਓ, ਇਹ ਆਹ ਚੋਰੀ ਸਾਹਿਬ ਦੀ ਐਲ ਸੀ ਡੀ ਹੈ ਜੀ, ਦੇਖ ਲਓ। ਦੇਖੋ ਮਜੀਦ ਜੱਟ ਸਾਹਿਬ ਦੇਖ ਰਹੇ ਹਾਂ ਜੀ, ਆਰਫ ਮਹਿਮੂਦ ਸਾਹਿਬ, ਸ਼ੁਕਰੀਆ ਸਰ। ਅਬਦੁੱਲਾ ਖਾਨ ਸਾਹਿਬ, ਇਹ ਵੀ ਬਲਤਿਸਤਾਨ ਸੇ ਹੈ, ਇਹ ਹਮਾਰੇ ਭਾਈ, ਇਹ ਵੀ ਗਾਉਂ ਸੇ ਮਦਰਸੇ ਸੇ ਪੜ੍ਹ ਕੇ ਗਏ ਹੋਏ ਹੈ। ਅਬਦੁੱਲਾ ਖਾਨ ਸਾਹਿਬ ਸ਼ੁਕਰੀਆ ਸਰ ਆਪਕਾ। ਅੱਛਾ ਚੋਰੀ ਸਾਹਿਬ, ਗੱਲ ਇਹ ਹੈ ਕਿ ਜੋਸ਼ ਮਲੀਹਾਬਾਦੀ ਕਹਿੰਦਾ ਸੀ ਕਿ ਸਭ ਨਾਲੋਂ ਨਾਗਵਾਰ ਕੰਮ ਮੈਨੂੰ ਨਾ ਬੁੜਾ ਹੋਣਾ ਲੱਗਦਾ, ਸਭ ਨਾਲੋਂ ਨਾਗਵਾਰ ਕੰਮ, ਅਤੇ ਪਰ ਸਭ ਨਾਲੋਂ ਜ਼ਿਆਦਾ ਬੇਬਸੀ ਇਹ ਹੈ ਕਿ ਇਹ ਮੇਰੇ ਇਖਤਿਆਰ 'ਚ ਨਹੀਂ। ਪਰ ਆਪਾਂ ਜਦੋਂ ਗੱਲ ਕਿਤੇ ਬਦਲਣੀ ਹੋਵੇ ਆਪਾਂ ਬਦਲ ਵੀ ਦਿੰਦੇ ਹਾਂ, ਗੱਲ ਆਪਣੇ 'ਤੇ ਪੈਣ ਹੀ ਨਹੀਂ ਦਿੰਦੇ। ਕਹਿੰਦਾ ਲਹਿਜੇ ਕੋ ਜ਼ਰਾ ਦੇਖ ਜਮਾਂ ਹੈ ਕਿ ਨਹੀਂ, ਬਾਲੋਂ ਕੀ ਸਫੈਦੀ ਕੋ ਬੁਢਾਪਾ ਨਹੀਂ ਕਹਿੰਦੇ। ਹਾਏ 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 ਹਾਏ, ਚੋਰੀ ਸਾਹਿਬ ਛਾ ਗਏ ਹੋ, ਛਾ ਗਏ ਹੋ ਚੋਰ ਸਾਹਿਬ, ਜ਼ਬਰਦਸਤ ਜਨਾਬ। ਐਡੇ ਬੁੱਢੇ ਵੀ ਕੋਈ ਨਹੀਂ, ਐਡੇ ਬੁੱਢੇ ਵੀ ਕੋਈ ਨਹੀਂ, ਬੜੇ ਜਵਾਨ ਆ ਹਲੇ। ਉਹ ਨਹੀਂ ਚੋਰੀ, ਹਲੇ ਜਵਾਨੇ ਆ ਆਪਾਂ, ਸਾਡੇ ਕੋਈ ਨਹੀਂ ਆਸੂ ਬਹਿ ਦਿਲ ਕੇ ਰਮਾਲੇ ਮਾਸ਼ਾਅੱਲਾ ਕੈਮ ਦੇਮ, ਅਸੀਂ ਵੈਸੇ ਜ਼ਰਾ ਜਾਣ ਕੇ। ਚੋਰੀ ਇਮਰਾਨ ਮਾਨਾ ਜੀ, ਇਹ ਖੂਨ ਵਾਲੀ ਕਿਹੜੀ ਗੱਲ ਆ ਸਰਕਾਰ, ਇਹ ਗੱਲ ਹੀ ਦੱਸ ਦਿਓ। ਮੁਹੰਮਦ ਮਹਿਬੂਬ ਸਾਹਿਬ ਦੇਖ ਰਹੇ ਹਾਂ ਜੀ, ਸ਼ੁਕਰੀਆ ਸਰ। ਚੋਰੀ ਸਾਹਿਬ ਬਲਾਲ ਨੂੰ ਫੋਨ ਕਰਿਓ, ਹੁਣ ਸਾਹਿਬ ਉਹਨੂੰ ਫੋਨ ਕਰਿਓ। ਚੋਰੀ, ਬਲਾਲ ਸਾਹਿਬ ਦਾ ਫੋਨ ਆ ਗਿਆ ਜੀ, ਚੋਰੀ ਸਾਹਿਬ ਨਾਲ ਜਾ ਰਹੇ ਹਾਂ, ਸਾਡੇ ਇੱਕ ਦੋਸਤ ਸੀ ਫਾਰੂਕ ਸਾਹਿਬ,
ਮਾਮੂ ਕੰਜਨ ਤੋਂ ਉਹਨਾਂ ਦੇ ਵਾਲਦ ਸਾਹਿਬ ਫੌਤ ਹੋ ਗਏ ਸੀ ਕੱਲ੍ਹ ਜਨਾਜ਼ੇ 'ਤੇ, ਫਿਰ ਪਹੁੰਚਣਾ ਹੋਇਆ ਲੇਟ ਹੋ ਗਿਆ। ਤਾਂ ਹੁਣ ਚੋਰੀ ਸਾਹਿਬ ਨੂੰ ਕਿਹਾ ਵੀ ਚਲੋ ਚੋਰ ਸਾਹਿਬ ਨਾਲ ਚੱਲੋ ਤੁਸੀਂ ਸਾਡੇ। ਚੋਰੀ ਸਾਹਿਬ ਨੇ ਜਨਾਜ਼ਾ ਕੱਲ੍ਹ ਪੜ੍ਹ ਲਿਆ ਸੀ, ਅਸੀਂ ਰਹਿ ਗਏ ਸੀ ਅਤੇ ਬਲਾਲ ਦੇ, ਅਸਲ ਉਹ ਬਲਾਲ ਦੇ ਅਤੇ ਚੋਰੀ ਸਾਹਿਬ ਉਹਨਾਂ ਦੀ ਦੋਸਤ ਆ ਅਸਲ 'ਚ। ਹਾਂ ਪੁੱਛ ਲਓ ਉਹਨੂੰ, ਪੁੱਛ ਲਓ ਬਲਾਲ ਨੂੰ ਪੁੱਛ ਲਓ। ਉਸਾਮਾ ਮਜੀਦ ਸਾਹਿਬ ਦੇਖ ਰਹੇ ਹਾਂ ਜੀ, ਭਾਈ ਸਾਡਾ ਇਹ ਮੌਲਾਨਾ ਅਬਦੁਲ ਮਜੀਦ ਸਾਹਿਬ ਦਾ ਬੇਟਾ ਜੀ, ਸ਼ੁਕਰੀਆ ਸਰ। ਸਲੀਮ ਠਠਿਆਲਾ ਸਾਹਿਬ ਨੇ ਤੁਹਾਡੇ ਸ਼ੇਰ ਦੀ ਤਾਰੀਫ ਕੀਤੀ ਹੈ ਜੀ, ਨਾਈਸ ਲਾਈਨ। ਐਚ ਜ਼ੈਨ ਅਹਿਮਦ ਕਸੂਰ ਤੋਂ ਦੇਖ ਰਹੇ ਹਾਂ ਜੀ, ਇਹ ਵੀ ਭਾਈ ਸਾਡੇ ਬੜੇ ਜ਼ਬਰਦਸਤ ਆ ਜੀ, ਸ਼ੁਕਰੀਆ ਸਰ। ਇਹ ਜਦੋਂ ਵੀ ਪਿੰਡ ਆਉਂਦੇ ਆ, ਬਹਿਰਾਲ ਜਲਸੇ ਜੁਲਸੇ ਤੇ ਆਉਂਦੇ ਹੁੰਦੇ ਆ, ਸਲਾਨਾ ਮਿਲ ਕੇ ਜਾਂਦੇ ਆ, ਸ਼ੁਕਰੀਆ ਭਾਈ ਜੀ। ਖੁਸ਼ੀ ਤੌਰ ਤੇ ਇਹ ਤੁਸੀਂ ਅਗਰ ਆਪਣੀ ਫੇਸਬੁੱਕ ਖੋਲੋਗੇ ਤਾਂ ਉਹਦੇ ਚ ਮਤਲਬ ਤੁਹਾਨੂੰ ਨਜ਼ਰ ਆ ਜਾਏਗੀ ਸਾਹਮਣੇ। ਚੋਰੀ ਸਾਹਿਬ ਸਿਰ ਤੋਂ ਬਾਲ ਵੀ ਝੜਦੇ ਜਾ ਰਹੇ ਹਾਂ, ਸਿਰ ਤਾਂ ਹੁਣ ਹੈਲਮਟ ਨਵਾਂ, ਸਿਰ ਸਿੱਧਾ ਹੀ ਰੱਖੋ, ਸਿਰ ਐਵੇਂ ਕਰਦੇ ਆ ਨਾ ਤੁਸੀਂ, ਕੈਮਰਾ ਫਿਰ ਗੰਜਾ ਲੱਗ ਰਿਹਾ, ਮੇਰੇ ਬਾਲਾਂ ਤੇ ਲੱਗ ਰਿਹਾ, ਅਟਰੈਕਸ਼ਨ ਘੱਟ ਰਹੀ ਹੈ। ਚੋਰੀ ਜ਼ੁਲਫਕਾਰ ਸਾਹਿਬ ਦੇਖ ਰਹੇ ਹਾਂ ਜੀ, ਸ਼ੁਕਰੀਆ ਸਰ। ਅੱਗੇ ਵੀ ਹੋ ਸਕੇ ਮੈਂ ਜਾਂਦਾ, ਮੇਰਾ ਬੂਟ ਮੈਂ ਆ ਜਾਂਦਾ, ਮੈਂ ਠੀਕ ਹੈ। ਉਹ ਖੈਰ ਆ ਤਾਂ ਲੱਗਾ ਹੈ ਚੋਰੀ, ਤੇਰਾ 11 ਮਿੰਟ ਹੋ ਗਏ, ਮੈਂ ਹੁਣੇ ਆ ਰਿਹਾ, ਮੈਂ ਹੁਣੇ ਆ ਗਿਆ। ਚੋਰੀ ਇਮਰਾਨ ਨੇ ਖੂਨ ਵਾਲੀ ਗੱਲ ਯਾਰ, ਚੋਰੀ ਇਮਰਾਨ ਨੂੰ ਹੁਣ ਪੁੱਛਣੀ ਪੈਣੀ ਹੈ ਮੈਨੂੰ ਇਹਦੀ, ਜਿੱਦਣ ਕਾਲ ਆਈ ਨਾ। ਚੋਰੀ ਇਮਰਾਨ ਦੀ ਯਾਰ ਇੱਕ ਬੜਾ ਵਾਧਾ, ਮੇਰਾ ਵਾਹਦ ਕਲਾਸ ਫੈਲੋ ਜਿਹੜਾ ਮੈਨੂੰ ਫੋਨ ਕਰਦਾ, ਇਹਦਾ ਪਰਸੋਂ ਚੌਥੇ ਵੀ ਆਇਆ ਸੀ ਇੱਕ ਦਿਨ, ਹਾਲ ਚਾਲ ਪੁੱਛਦਾ। ਅੱਛਾ ਜੀ, ਮਾਨਾ ਜੀ ਲਿਖਦੇ ਆ ਜੀ, ਅਫਜ਼ਾਲ ਭਾਈ ਚੋਰੀ ਸਾਹਿਬ ਬਹੁਤ ਗ੍ਰੇਟ ਬ੍ਰਦਰ ਹੈ, ਆਜ ਤੋਂ ਪੋਇਟਰੀ ਕਰਕੇ ਮੁਸ ਨਕਵੀ ਯਾਦ ਕਰਾ ਦਿੱਤਾ। ਯਾਰ ਹੁਣ ਅਸੀਂ ਉੱਧਰ ਜਾਣਾ, ਅਸੀਂ ਟਾਈਮ ਬਣਾ ਲਿਆ ਹੋਇਆ, 10 ਮਿੰਟ ਕੱਢ ਲੈ, ਕੁਛ ਨਹੀਂ ਹੋਣ ਲੱਗਾ। ਫੋਨ ਤੇ ਕਰਾ ਦੇ ਇੰਤਜ਼ਾਮ, ਜਿਹੜਾ ਕਰਨਾ ਫੋਨ ਤੇ, ਉੱਥੇ ਬੰਦਾ ਕੋਈ ਹੋਵੇ ਤਾਂ ਕਰੇ। ਭਾਈ ਕਿੱਥੇ ਤੇਰਾ? ਭਾਈ ਬਿਮਾਰ ਹੈ ਘਰ ਪਿਆ, ਉਸ ਤੋਂ ਤਾਂ ਨਹੀਂ ਹੁੰਦਾ ਇੱਕ ਹੀ। ਤੇ ਤੁਸੀਂ ਖਤਮ ਦੇ ਕਾਰਡ ਵੰਡ ਲਏ, ਉਹਨਾਂ ਨੂੰ ਕਹਿ ਦੇ ਤੂੰ, ਕਹੇ ਤੂੰ ਜੁਮੇ ਨੂੰ ਕਰਾਵਾਂਗੇ ਆਪਾਂ, ਜਿਹੜੇ ਐਲਾਨ ਹੋ ਗਿਆ ਉੱਥੇ ਬੰਦੇ ਹੁੰਦੇ ਬਣ ਜਿਹੜੇ ਕਿਲਿਆਂ ਵਾਲੇ, ਤੂੰ ਹਟ ਜਾਵਾਂ। ਚੋਰੀ ਸਾਹਿਬ, ਚੋਰੀ ਮਾਨਾ ਜੀ ਨੇ ਕਿਹਾ ਕਿ ਚੋਰੀ ਸਾਹਿਬ ਗ੍ਰੇਟ ਆਦਮੀ ਆ ਤੇ ਪੋਇਟਰੀ ਕਰਕੇ ਇਹਨਾਂ ਨੇ ਮੁਸ ਨਕਵੀ ਯਾਦ ਕਰਾ ਦਿੱਤਾ। ਅੱਛਾ, ਤੇ ਦੂਸਰੀ ਚੀਜ਼ ਚੋਰੀ ਸਾਹਿਬ, ਸਲੀਮ ਸਾਹਿਬ ਕਹਿ ਰਹੇ ਆ ਜੀ ਕਿ ਕੱਲ੍ਹ ਪਤਾ ਚੱਲਿਆ ਸੀ ਫਾਰੂਕ ਕੌਣ ਆ। ਫਾਰੂਕ ਨੂੰ ਮੈਂ ਸ਼ਕਲੋਂ ਤਾਂ ਜਾਣਦਾ, ਇਹਨਾਂ ਨੂੰ ਪਤਾ ਹੋਣਾ ਕਿ ਇਹਨਾਂ ਚੋਂ ਕਿਵੇਂ ਆ, ਲੇਕਿਨ ਉਹ ਬਲਾਲ ਦਾ ਤੇ ਇਹਨਾਂ ਦਾ ਚੋਰੀ ਸਾਹਿਬ ਉਹਨਾਂ ਦਾ ਦੋਸਤ ਆ, ਇਹ ਸਾਊਦੀਆ ਰਿਹਾ ਮੁੰਡਾ। ਮਾਮੂ ਕੰਜਨ ਦੇ ਹੀ ਆ ਇਹ, ਸਲੀਮ ਭਾਈ ਮਾਮੂ ਕੰਜਨ ਦੇ ਹੀ ਆ, ਹੁਣ ਸਹੀ ਤਾਂ ਪਤਾ ਨਹੀਂ ਸਾਨੂੰ, ਲੇਕਿਨ ਜਾਣਨੇ ਵਾਲਿਆਂ 'ਚ ਆ ਮਤਲਬ। ਚੋਰੀ ਜ਼ਹਰ ਕਦੂਸ ਐਡਵੋਕੇਟ ਸਾਹਿਬ, ਸ਼ੁਕਰੀਆ ਸਰ, ਮਾਸ਼ਾਅੱਲਾ ਲਿਖਿਆ ਜੀ ਉਹਨਾਂ ਨੇ, ਬੜੇ ਜ਼ਬਰਦਸਤ ਆਦਮੀ ਆ ਜੀ, ਇਹਨਾਂ ਨਾਲ ਮੁਲਾਕਾਤ ਬਹੁਤ ਘੱਟ ਆ, ਲੇਕਿਨ ਇਹ ਬਹੁਤ ਨਾਈਸ ਆਦਮੀ ਆ, ਬੜੀ ਜ਼ਬਰਦਸਤ ਪਰਸਨੈਲਿਟੀ ਹੈ ਜੀ। ਮੈਨੂੰ ਪਿਛਲੀ ਵਾਰੀ ਇਹ ਮਿਲੇ ਆ ਤਾਂ ਪਹਿਲੀ ਦਫ਼ਾ ਮਤਲਬ ਹਮ ਕਲਾਮ ਹੋਏ ਹਾਂ ਅਸੀਂ, ਬਹੁਤ ਨਫੀਸ ਆਦਮੀ ਹੈ ਚੋਰੀ ਜ਼ਹਰ ਕਦੂਸ ਐਡਵੋਕੇਟ ਸਾਹਿਬ। ਹਾਜੀ ਤਾਰਕ ਸਾਹਿਬ ਦੇਖ ਰਹੇ ਹਾਂ ਜੀ, ਮੀਆਂ ਉਸਮਾਨ ਸਾਹਿਬ ਦੇਖ ਰਹੇ ਹਾਂ ਜੀ, ਸ਼ੁਕਰੀਆ ਸਰ। ਉਸਾਮਾ ਮਜੀਦ ਸਾਹਿਬ ਨੇ ਸ਼ੇਅਰ ਭੇਜਿਆ ਜੀ ਆਪਣੇ, ਤੇਰੀ ਚਾਹਤ ਸੇ ਨਿਗਾਹੋਂ ਮੇਂ ਹਯਾ ਥੀ ਵਰਨਾ ਕਿਤਨੇ ਮੁੰਤਜ਼ਰ ਥੇ ਗੁਨਾਹਗਾਰ ਬਣਾਉਣੇ ਵਾਲੇ। ਸਾਡੇ ਬਜ਼ੁਰਗ ਦੇਖ ਰਹੇ ਹਾਂ ਜੀ ਅਮਰੀਕਾ ਤੋਂ, ਅਬਦਰ ਸ਼ਹੀਦ ਸਾਹਿਬ, ਇਹ ਸਾਡੇ ਮਾਮੂ ਜੀ ਲੱਗਦੇ ਆ ਜੀ, ਇਹ ਵੀ ਜਿਹੜਾ ਹੈ ਨਾ ਉਹ ਸੋਸ਼ਲ ਮੀਡੀਆ 'ਤੇ ਫੇਸਬੁੱਕ 'ਤੇ ਅਕਸਰ ਐਕਟਿਵ ਰਹਿੰਦੇ ਹਾਂ। ਅਹਿਸਨ ਅਲੀ ਸਾਹਿਬ ਦੇਖ ਰਹੇ ਹਾਂ ਜੀ, ਸ਼ੁਕਰੀਆ ਸਰ ਤੁਹਾਡਾ ਵੀ। ਤਈਅਬ ਅਲੀ ਸਾਹਿਬ ਦੇਖ ਰਹੇ ਹਾਂ ਜੀ, ਆਤਫ ਜਵੇਦ ਮੰਡਾਹਰ 479 ਤੋਂ ਭਾਈ ਉਹ ਵੀ ਦੇਖ ਰਹੇ ਹਾਂ ਸਾਡੇ। ਮੁਹੰਮਦ ਹਸੀਬ ਸਾਹਿਬ ਦੇਖ ਰਹੇ ਹਾਂ ਜੀ, ਤਾਹਰ ਉਦਾਸ ਸਾਹਿਬ ਦੇਖ ਰਹੇ ਹਾਂ, ਤਾਹਰ ਉਦਾਸ ਸਾਹਿਬ ਸ਼ਾਇਰ ਆ ਜੀ ਬੜੇ ਜ਼ਬਰਦਸਤ ਆਪਣੇ, ਇਹ ਅਕਸਰ ਸ਼ਾਇਰੀ ਮੈਨੂੰ ਟੈਗ ਕਰਦੇ ਆ ਅਤੇ ਇਹ ਮੈਂ ਤੁਹਾਨੂੰ ਇਹਨਾਂ ਦੇ ਸ਼ੇਅਰ ਭੇਜਣੇ ਜੀ, ਇਹ ਸ਼ਾਇਰ ਆ, ਖੁਦ ਆਪਣੀ ਸ਼ਾਇਰੀ ਕਰਦੇ ਆ ਬੜੇ ਜ਼ਬਰਦਸਤ, ਅਤੇ ਮੇਰਾ ਖਿਆਲ ਆ ਇਹ ਮਾਦਰਤ ਨਾਲ ਤਾਹਰ ਸਾਹਿਬ ਮੇਰਾ ਖਿਆਲ 507 ਨਾਲ ਇਹਨਾਂ ਦਾ ਕੋਈ ਤਾਲੁਕ ਹੈ, 507 ਨਾਲ ਅੰਦਾਜ਼ਾ ਮੇਰਾ ਕਿ ਕੋਈ ਹੈ ਤਾਲੁਕ, ਜ਼ਿਆਦਾ ਤਾਰੁਫ ਨਹੀਂ ਸੋਸ਼ਲ ਮੀਡੀਆ 'ਤੇ ਹੀ ਆ, ਲੇਕਿਨ ਬੜੇ ਜ਼ਬਰਦਸਤ ਬਹਿਰਾਲ ਨਾ ਇਹ ਵੀ ਪੋਇਟਰੀ ਦੇ ਹੈ ਜੀ। ਤਾਹਰ ਉਦਾਸ ਸਾਹਿਬ ਲਈ ਇੱਕ ਸ਼ੇਅਰ ਕਹੋ ਚੋਰੀ ਸਾਹਿਬ, ਮੈਨੂੰ ਪਤਾ ਕੰਮ ਕਰ ਰਹੇ ਆ ਤੁਸੀਂ, ਵੈਦਰ ਦਾ ਨਾ ਤੁਹਾਡਾ ਫਲੋ ਨਹੀਂ ਬਣ ਰਿਹਾ, ਲੇਕਿਨ ਫਿਰ ਵੀ ਔਰ ਇਹਦੇ ਰੋਜ਼ੀ ਦੇ ਮੱਥੇ ਤਾਂ ਲੱਗੇ ਹੋਏ ਆ, ਇੱਕ ਸ਼ੇਅਰ ਆਉਣ ਦਿਓ ਤਾਹਰ ਉਦਾਸ ਸਾਹਿਬ ਲਈ।
ਦਾਸ ਸਾਹਿਬ ਲਈ ਹੈ ਕਿ ਯਹੀ ਹੈ ਨਾ ਤੁਮੇ ਹਮਸੇ ਵਿਛੜ ਜਾਣੇ ਕੀ ਜਲਦੀ ਹੈ, ਉਦਾਸੀ ਦਾ ਸ਼ੇਰ ਹੈ ਕਿ ਯਹੀ ਹੈ ਨਾ ਤੁਮੇ ਹਮਸੇ ਵਿਛੜ ਜਾਣੇ ਕੀ ਜਲਦੀ ਹੈ, ਕਭੀ ਮਿਲਣਾ ਤੁਹਾਰੇ ਮਸਲੇ ਕਾ ਹੱਲ ਨਿਕਾਲੇਂਗੇ। ਬਿਲਾਲ ਇਸਲਾਮਾਬਾਦ ਨੂੰ ਵੀ ਟੈਗ ਕਰ ਦੇ, ਬਿਲਾਲ ਨੂੰ ਵੀ ਕਰਵਾਂਗੇ। ਮੁਸਤਫਾ ਮੁਗਲ ਸਾਹਿਬ ਦੇਖ ਰਹੇ ਹਾਂ ਜੀ, ਤੈਮੂਰ ਸਾਹਿਬ ਦੇਖ ਰਹੇ ਹਾਂ, ਮਾਸਟਰ ਅਸਲਮ ਸਾਹਿਬ ਦੇ ਪੋਤੇ ਜੀ, ਅੱਲਾ ਪਾਕ ਖੁਸ਼ ਰੱਖੇ ਸਾਰਿਆਂ ਨੂੰ, ਆਸਾਨੀਆਂ ਰੱਖੇ ਸਾਰਿਆਂ ਨੂੰ। ਹੈਲੋ, ਨੁਮਾਨ ਖਾਲਦ ਸਾਹਿਬ ਦੇਖ ਰਹੇ ਹਾਂ ਜੀ, ਇਮਰਾਨ ਦੇ ਭਾਈ, ਸ਼ੁਕਰੀਆ ਸਰ। ਇਸਲਾਮਾਬਾਦ ਜਾਂ ਤਾਂ ਦੇਖ ਰਿਹਾ ਹੋਏਗਾ ਜਿਹੜੀ ਕੌਲ ਕਰਤੀ ਹੈ, ਜਾਂ ਫਿਰ ਵੈਸੇ ਕਰਤੀ ਹੈ। ਹਾਂ ਮੁਮਕਿਨ। ਹਾਂਜੀ ਚੌਧਰੀ ਸਾਹਿਬ, ਸਬ ਇੰਜੀਨੀਅਰ ਸਾਈਕਲ ਖਰਾਬ ਹੋਇਆ ਲੱਗਦਾ, ਸਬ ਇੰਜੀਨੀਅਰ ਸੀਡੀਏ ਇਸਲਾਮਾਬਾਦ ਹੈ ਜੀ, ਸਬ ਇੰਜੀਨੀਅਰ। ਆਫੀ ਜੱਟ ਸਾਹਿਬ ਦੇਖ ਰਹੇ ਹਾਂ ਜੀ, ਸ਼ੁਕਰੀਆ ਜਨਾਬ। ਆਫੀ ਸਾਹਿਬ ਆਪਣੇ ਇਲਾਕੇ ਦੀ ਮਸ਼ਹੂਰ ਮਰੂਫ ਸ਼ਖਸੀਅਤ ਹੈ ਜੀ। ਰਿਹਾਨ ਹਨੀਫ ਸਾਹਿਬ ਦੇਖ ਰਹੇ ਹਾਂ ਜੀ, ਨੁਮਾਨ ਖਾਲਦ ਸਾਹਿਬ ਨੇ ਮਾਸ਼ਾਅੱਲਾ ਕਿਹਾ, ਸ਼ੁਕਰੀਆ ਸਰ, ਛੋਟਾ ਭਾਈ ਆ ਸਾਡਾ ਬੜਾ ਜ਼ਬਰਦਸਤ। ਮਾਨਾ ਜੀ ਨੇ ਲਿਖਿਆ ਜੀ, ਅਫਜ਼ਾਲ ਭਾਈ ਚੌਰੀ ਸਾਹਿਬ ਨਾਲ ਮੁਹੱਬਤ ਵੀ ਖੂਨ ਕੀ ਵਜ੍ਹਾ ਸੇ ਬਹੁਤ ਜ਼ਿਆਦਾ ਹੋ ਗਈ ਹੈ, ਅੱਲਾਹ ਤਾਲਾ ਨਜ਼ਰੇ ਬਦ ਸੇ ਬਚਾਏ, ਆਮੀਨ। ਸ਼ੁਕਰੀਆ ਮਾਨਾ ਜੀ। ਡਾਇਰੈਕਟ ਨਾ ਹੋਈ ਸਾਡੀ ਮੁਹੱਬਤ ਦੂਜੀ ਹੋਈ, ਤੈਨੂੰ ਖੂਨ ਦੇ ਰਿਸ਼ਤਿਆਂ ਨਾਲ ਬਹੁਤੀ ਆ ਤੇ ਚੌਰੀ ਇਮਰਾਨ, ਚੌਰੀ ਸਾਹਿਬ ਦੇਖ ਲਾ ਕਿਆ ਕਹਿੰਦੇ ਆ, ਵੀ ਖੂਨ ਦੇ ਰਿਸ਼ਤਿਆਂ ਨਾਲ ਇਹ ਆ ਮੁਹੱਬਤ, ਦੂਜੀ ਮੁਹੱਬਤ ਉਂਝ ਨਾ ਹੋਈ ਤੈਨੂੰ। ਫੈਸਲ ਸ਼ਹਿਜ਼ਾਦਾ ਸਾਹਿਬ ਦੇਖ ਰਹੇ ਹਾਂ, ਸ਼ੁਕਰੀਆ ਸਰ। ਮੈਂ ਤਾਂ ਕਿਹਾ ਸ਼ਾਇਦ ਚੌਰੀ ਕੋਈ ਫੇਸਬੁੱਕ ਵਾਲੇ ਖੋਲ੍ਹੀ ਨਹੀਂ ਆ, ਚੌਰੀ ਅਫਜ਼ਾਲ ਲਾਈਵ ਜਾ ਰਿਹਾ ਸੀ ਇਤਫਾਕ ਗੈਸ ਟ੍ਰੇਡਰਸ ਤੋਂ। ਚੌਰੀ ਕੋ ਪ੍ਰਾਈਵੇਟ ਗੱਲ ਨਾ ਕਰ ਬੈਠੇ ਹੋ, ਪ੍ਰਾਈਵੇਟ ਵੀ ਕਰ ਲਾਂਗੇ, ਪ੍ਰਾਈਵੇਟ ਗੱਲ ਨਾ ਕਰਿਓ ਸਾਲਾ, ਇੱਥੇ ਬਾਈ ਲਾਈਵ ਜਾ ਰਹੇ ਆ, ਤੂੰ ਫੇਸਬੁੱਕ ਵੀ ਖੋਲੀ ਤੇ ਲਾਈਵ ਦੇਖ ਰਹੇ। ਚੌਰੀ ਅਰਫਾਨ ਸਾਹਿਬ ਦਾ ਫੋਨ ਆਇਆ ਜੀ, ਸਬ ਇੰਜੀਨੀਅਰ ਸੀਡੀਏ ਇਸਲਾਮਾਬਾਦ ਤੋਂ। ਹਾਂ ਚੌਰੀ ਅਫਜ਼ਾਲ ਦੀ ਆਵਾਜ਼ ਆ ਰਹੀ ਤੇ ਚੌਰੀ ਸਾਹਿਬ ਬੜੇ ਜ਼ਬਰਦਸਤ ਆਦਮੀ ਆ ਜੀ, ਪਿੰਡ ਨਾਲ ਮੁਹੱਬਤ ਇਹਨਾਂ ਦੀ ਜਿਹੜੀ ਆ ਜੀ ਉਹ ਬੜੀ ਜ਼ਬਰਦਸਤ ਆ, ਮਿਸ ਕਰਦੇ ਆ ਪਿੰਡ ਨੂੰ, ਯਾਰਾਂ ਬੇਲੀਆਂ ਨੂੰ ਜਦੋਂ ਆਉਂਦੇ ਆ ਤਾਂ ਫਿਰ ਚੌਰੀ ਸਾਹਿਬ ਭਰਪੂਰ ਟਾਈਮ ਦਿੰਦੇ ਆ। ਮੈਂ ਤੈਨੂੰ ਦੱਸਣਾ ਵੀ ਭੁੱਲ ਗਿਆ, ਫਾਰੂਕ ਨਹੀਂ ਸਾਡਾ ਦੋਸਤ, ਫਾਰੂਕ ਉਹਦੇ ਵਾਲਦ ਸਾਹਿਬ ਫੌਤ ਹੋ ਗਏ ਸੀ ਕੱਲ। ਮਾਨਾ ਜੀ ਨੇ ਲਿਖਿਆ ਜੀ, ਫੋਨ ਆ ਗਿਆ ਆਪਣਾ, ਮਾਨਾ ਜੀ ਨੇ ਲਿਖਿਆ ਜੀ, ਦੁਨੀਆ ਬਹੁਤ ਜਲਤੀ ਹੈ ਅਫਜ਼ਾਲ ਭਾਈ, ਯੇ ਰਾਜ਼ ਕੀ ਬਾਤ ਹੈ, ਖੂਨ ਵਾਲੀ ਗੱਲ ਕੋ ਰਾਜ਼ ਵਾਲੀ ਆ, ਚਲੋ ਕੱਢਾਂਗੇ ਮਾਨਾ ਜੀ ਰਾਜ਼, ਕਿਤੇ ਪੱਟ ਕੇ ਲਿਆਵਾਂਗੇ। ਬਲਾਲ ਨੂੰ ਪੁੱਛ ਯਾਰ ਕਿਆ ਗੱਲ ਆ, ਬਲਾਲ ਆ ਕਹਿੰਦਾ ਸਾਹਮਣੇ ਆ ਜਾਓ, ਸਾਹਮਣੇ ਆ ਜਾਓ, ਚੱਲੀਏ ਫਿਰ ਆ ਜਾਓ। ਦੁਕਾਨਦਾਰੀ ਚੌਰੀ ਸਾਹਿਬ ਦੇ ਦੁਕਾਨ ਤੇ ਨਾ ਮੁੰਡਾ ਜਿਹੜਾ ਹੈ ਉਹਨੂੰ ਕਿਤੇ ਜਾਣਾ ਫੌਤ ਕੀਤੇ, ਤੇ ਉਹ ਖਤਮ ਉਹਨੇ ਕੋਲ ਰੱਖਿਆ ਹੋਇਆ, ਚੌਰੀ ਸਾਹਿਬ ਕੱਲੇ ਹੀ ਰਹਿ ਗਏ ਦੁਕਾਨ ਤੇ, ਲਿਹਾਜ਼ਾ ਹੁਣ ਚੌਰੀ ਸਾਹਿਬ ਤਣੀ ਮੇਰੇ ਨਾਲ ਜਾ ਰਿਹਾ, ਮੈਂ ਫਿਰ ਜਾਂਦਾ ਫਰੂਕ ਦੇ ਵਾਲਦ ਸਾਹਿਬ ਦੀ ਤਾਜ਼ੀਅਤ ਲਈ। ਅਬਦਰਸ਼ੀਦ ਬਰਾਹਵੀ ਸਾਹਿਬ ਦੇਖ ਰਹੇ ਹਾਂ ਜੀ, ਸ਼ੁਕਰੀਆ ਸਰ। ਅਤੇ ਚੌੜੀ ਸਾਹਿਬ ਇੱਕ ਆਖਰੀ ਸ਼ੇਰ ਆਉਣ ਦਿਓ ਅਤੇ ਫਿਰ ਕਲੋਜ਼ ਕਰ ਦਈਏ। ਹੁਣ ਸ਼ੇਰ ਕੋਈ ਨਹੀਂ ਆ ਰਿਹਾ, ਕੋਈ ਨਹੀਂ ਆ ਰਿਹਾ, ਹੁਣ ਮੇਰੇ ਅਬਦੁੱਲਾ ਤੇ ਗੁੱਸਾ ਹੀ ਆ ਰਿਹਾ, ਗੁੱਸਾ ਆ ਰਿਹਾ ਕਿਉਂਕਿ ਮੈਂ ਵੀ ਜਾਣਾ ਸੀ, ਚਲੋ ਹੁਣ ਇਹ ਚਲਾ ਜਾਵੇ, ਕੱਲ੍ਹ ਮੈਂ ਚਲਾ ਗਿਆ ਸੀ ਨਾ ਸੰਜੇ ਸਾਰਾ ਦਿਨ। ਚਲੋ ਠੀਕ ਆ ਸਰ, ਚਲੋ ਸਰ, ਚਲੋ ਠੀਕ ਆ, ਸ਼ੁਕਰੀਆ ਜੀ ਸਾਰੇ ਭਾਈਆਂ ਦਾ, ਸਾਰਿਆਂ ਦਾ ਸ਼ੁਕਰੀਆ ਜੀ, ਮਿਹਰਬਾਨੀ ਸਰ, ਅਸਲਾਮ ਵਾਲੇਕੁਮ।